ਥਾਣਾ ਜ਼ੀਰਾ ਪੁਲਿਸ ਵੱਲੋਂ 32 ਬੋਰ ਦੀ ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜ਼ੀਰਾ ਦੇ SHO ਇਕਬਾਲ ਸਿੰਘ ਨੇ ਦੱਸਿਆ ਕਿ ਕਰੋਲਾ ਕਾਰ ਵਿੱਚ ਸਵਾਰ 3 ਵਿਅਕਤੀਆਂ ਜਸਵਿੰਦਰ ਸਿੰਘ, ਅਜੇ, ਮਨਜਿੰਦਰ ਸਿੰਘ ਜ਼ੀਰਾ ਨੂੰ ਇੱਕ 32 ਬੋਰ ਦੀ ਰਿਵਾਲਵਰ ਅਤੇ 6 ਜਿੰਦਾ ਕਾਰਤੂਸਾਂ ਸਣੇ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਬੰਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤਰ੍ਹਾਂ ਕਿ ਸਾਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਕੋਈ ਆਦਮੀ ਸ਼ੱਕੀ ਨੇ ਜਿਹੜੇ ਇੱਕ ਗੱਡੀ ਦੇ ਵਿੱਚ ਇੱਥੇ ਅਸਲੇ ਸਮੇਤ ਘੁੰਮ ਰਹੇ ਨੇ ਅਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ ਅਤੇ ਜਿਨ੍ਹਾਂ ਨੂੰ ਕਾਬੂ ਕਰਕੇ ਕੋਈ ਬਰਾਮਦਗੀ ਹੋ ਸਕਦੀ ਹੈ ਅਤੇ ਜਿਨ੍ਹਾਂ ਨੂੰ ਦੌਰਾਨੇ ਗਸ਼ਤ ASC ਸੁਖਵਿੰਦਰ ਸਿੰਘ ਨੇ ਜਿਹੜਾ ਕਾਬੂ ਕਰ ਕੀਤਾ ਅਤੇ ਗੱਡੀ ਦੇ ਵਿੱਚੋਂ ਇੱਕ ਪਿਸਟਲ, 32 ਬੋਰ, 6 ਕਾਰਤੂਸ ਅਤੇ ਜਿਹਦੇ ਵਿੱਚ ਦੋਸ਼ੀ ਜਸਵਿੰਦਰ ਸਿੰਘ, ਅਜੇ ਕੁਮਾਰ ਅਤੇ ਮਨਜਿੰਦਰ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਅੱਗੇ ਤਫਤੀਸ਼ ਜਿਹੜੀ ਜਾ ਰਹੀ ਹੈ, ਜੋ ਵੀ ਅੱਗੇ ਤਫਤੀਸ਼ ਵਿੱਚ ਸੁਰਾਗ ਮਿਲੇਗਾ ਉਹਦੇ ਅੱਗੇ ਕਾਰਵਾਈ ਕੀਤੀ ਜਾਵੇਗੀ। ਕੀ ਇਹਨਾਂ ਦੇ ਜਿਹੜੇ ਤਾਰ ਹੈ ਕਿਸੇ ਗੈਂਗਸਟਰ ਗਰੁੱਪ ਦੇ ਨਾਲ ਜੁੜੇ ਹੋ ਸਕਦੇ? ਨਹੀਂ, ਇਹਨਾਂ ਦੇ ਗੈਂਗਸਟਰ ਨਹੀਂ, ਇਹਨਾਂ ਦੇ ਕੋਈ ਲੁੱਟ ਵਾਰ ਕਰਨ ਦਾ ਇਰਾਦਾ ਸੀਗਾ, ਕਿਸੇ ਲੁੱਟ ਨੂੰ ਅੰਜਾਮ ਦੇਣਾ ਸੀ ਇਹਨਾਂ। ਜ਼ੀਰਾ ਤੋਂ ਜਾਗਰਤੀ ਲਹਿਰ ਦੇ ਲਈ ਸਤੀਸ਼ ਵਿਜ ਦੀ ਰਿਪੋਰਟ।